ਕੁਰਾਨ ਕਰੀਮ ਦੀਆਂ ਆਇਤਾਂ ਵੇਚੀਆਂ ਉਹਨਾਂ ਦੀ ਆਖਰਤ ਹੋਏ, ਕਿਉਂਕਿ ਆਲਾ ਦਾ ਜ਼ਿਕਰ ਹੈ ਔਰ ਪਹਿਲਾ ਜ਼ਿਕਰ ਕਰਨ ਵਾਲਾ ਵੀ ਆਲਾ। ਆਦਮ ਤੋਂ ਲੈ ਕੇ ਖਾਤਮ ਤੱਕ ਕੁੱਲ ਅੰਬੀਆ ਦੀ ਤਾਰੀਖ ਹੀ ਇਹ ਹੈ ਕਿ ਅੱਲਾ ਨੇ ਆਪਣੀ ਤਬਲੀਗ ਵਾਸਤੇ ਨਬੀਆਂ ਨੂੰ ਭੇਜਿਆ ਕਿ ਜਾਓ ਬੁੱਤ ਪ੍ਰਸਤੀ 'ਤੇ ਮਾਇਲ ਹੋ ਗਏ, ਮੇਰੀ ਮਖਲੂਕ ਨੂੰ ਜਹੰਨਮ ਤੋਂ ਬਚਾਓ, ਮੈਂ ਅੱਲਾਹ ਦਾ ਤਾਰਫ ਕਰਾਓ। ਗੌਰ ਹੈ ਨਾ ਸਾਰੇ, ਕੁੱਲ ਅੰਬੀਆ ਦੀ ਤਾਰੀਖ ਹੀ ਇਹੀ ਹੈ, ਉਹ ਇਨਸਾਨੀਅਤ ਤੋਂ ਬੁੱਤ ਪ੍ਰਸਤੀ ਛੁਡਵਾ ਲੈਣਾ। ਕਿਸੇ ਦੀ ਇੰਤਜ਼ਾਰ ਤਾਂ ਨਹੀਂ, ਕਦੀ ਕਦੀ ਬੁਲੰਦਾ ਨਹੀਂ ਸੁਣ ਲਿਆ ਕਰ। ਆਦਮ ਆਏ, ਨੂਹ ਆਏ, ਇਬਰਾਹੀਮ ਆਏ, ਇਸਮਾਈਲ ਆਏ, ਬੜੀਆਂ ਤਕਲੀਫਾਂ ਉਠਾਈਆਂ, ਬੜੇ ਬੜੇ ਜ਼ਖਮ ਹੋਏ। ਉਸ ਵਾਹਿਦ ਦੀ ਇਬਾਦਤ ਕਰੋ। ਅਰਜ਼ ਇਹ ਕਰੂੰਗਾ ਕਿ ਪੂਰੀ ਕਾਇਨਾਤ 'ਤੇ ਅੱਜ ਯੂਰਪ ਮੁਮਾਲਿਕ 'ਚ ਵੀ ਯਾ ਹੁਸੈਨ ਦੀ ਸਦਾ ਕਿਉਂ ਆ ਰਹੀ, ਯਾਨੀ ਦੁਨੀਆ ਦਾ ਕੋਈ ਖਿੱਤਾ ਐਸਾ ਨਹੀਂ ਜਿੱਥੇ ਨਾਮ ਹੁਸੈਨ ਦੀ ਗੂੰਜ ਨਹੀਂ ਆਈ। ਉਹ ਹਾਲ ਕਰੂੰ ਅਗਰ ਤਵੱਜੋ ਹੈ, ਕਿਉਂਕਿ ਪਹਿਲਾ ਜੁਮਲਾ ਮੇਰੀ ਜ਼ਬਾਨ 'ਚੋਂ ਨਿਕਲਿਆ ਕਿ ਇਸ ਹਸਤੀ ਦਾ ਅੱਲਾਹ ਜ਼ਾਕਿਰ ਹੈ, ਕਿਉਂਕਿ ਅੱਲਾਹ ਦਾ ਇੱਕ ਨਾਮ ਜ਼ਾਕਿਰ ਹੈ ਨਾ। ਇਸ ਹਸਤੀ ਨੂੰ ਮਹਿਦੂਦ ਨਾ ਕਰੋ। ਆਦਮ ਤੋਂ ਲੈ ਕੇ ਖਾਤਮ ਤੱਕ ਸਾਰੇ ਤੌਹੀਦ ਦੱਸਦੇ ਰਹੇ ਔਰ ਤਾਰੀਖ ਹੈ ਕਿ ਹਰ ਨਬੀ ਦੇ ਟੁਰਨ ਤੋਂ ਬਾਅਦ ਉਮਤ ਉਸ ਨਬੀ ਨੂੰ ਵੀ ਭੁੱਲ ਗਈ, ਉਹ ਨਬੀਆਂ ਜਿਹੜਾ ਅੱਲਾਹ ਦੱਸਿਆ ਆਈ ਉਸ ਨੂੰ ਵੀ ਭੁੱਲ ਕੇ ਫਿਰ ਬੁੱਤ ਪ੍ਰਸਤੀ, ਫਿਰ ਰਾਮ ਰਾਮ ਸ਼ੁਰੂ ਹੋ ਗਈ। ਕਿਸੇ ਵੀ ਇਤਰਾਜ਼ ਹੈ ਇਸ ਤਾਰੀਖ 'ਤੇ? ਇਸੇ ਤਾਂ ਨਹੀਂ ਹੋਇਆ, ਹਰ ਨਬੀ ਦੇ ਟੁਰਨ ਤੋਂ ਬਾਅਦ ਉਮਤ ਫਿਰ ਬੁੱਤ ਪ੍ਰਸਤੀ ਦੇ ਮਾਇਲ ਹੋ ਗਿਆ, ਨਬੀਆਂ ਨੂੰ ਭੁੱਲ ਗਏ। ਇਤਨੇ ਜ਼ਖਮ ਖਾਧੇ ਨੇ ਹਜ਼ਰਤ ਨੂਹ ਨੇ, ਨੂਹ ਨੂੰ ਵੀ ਉਮਤ ਭੁੱਲ ਗਈ। ਇਬਰਾਹੀਮ ਜੱਦੁਲ ਅੰਬੀਆ ਇਬਾਦਤ ਵਾਸਤੇ ਮਰਕਜ਼ ਬਣਾਇਆ ਸੀ, ਉਸ ਨੂੰ ਵੀ ਦੁਨੀਆ ਭੁੱਲ ਗਈ। ਉਮਤ ਇਬਰਾਹੀਮ ਜੈਸੇ ਨਬੀ ਨੂੰ ਭੁੱਲ ਗਈ, ਇਬਰਾਹੀਮ ਜਿਹੜਾ ਅੱਲਾਹ ਦੱਸਿਆ ਹੈ ਉਸ ਨੂੰ ਵੀ ਭੁੱਲ ਗਈ। ਤਵੱਜੋ ਹੈ ਤੇ ਮਲੰਗ ਅਜ਼ੀਮ ਜੁਮਲਾ ਦੇ ਰਿਹਾ, ਆਖਰੀ ਨਬੀ ਦੀ ਜ਼ਹਿਰੀ ਜ਼ਿੰਦਗੀ 'ਚ ਉਮਤ ਨਬੀ ਨੂੰ ਛੋੜ ਗਈ। ਇਸੇ ਤਰ੍ਹਾਂ ਹੀ ਤਾਰੀਖ ਦੱਸੇ ਔਰ ਹਿਸਟਰੀ ਤੇ ਕਿਸੇ ਬੰਦੇ ਨੂੰ ਇਤਰਾਜ਼ ਹੀ ਨਹੀਂ। ਯਾਨੀ ਹਰ ਨਬੀ ਨੇ ਤੌਹੀਦ ਦਾ ਦਰਸ ਦਿੱਤਾ, ਇੱਕ ਰਾਜ਼ ਦੀ ਬਾਤ ਹੈ, ਹਰ ਨਬੀ ਤੋਂ ਉਮਤ ਪੁੱਛਦੀ ਰਹੀ ਬਈ ਸਾਡੇ 360 ਝੂਠੇ ਨੇ ਜਾਂ ਸੱਚੇ ਨੇ, ਜੋ ਹੀ ਅਸਰ ਮੰਨਦੇ ਪਏ ਇਹਨਾਂ 'ਤੇ ਤਬਰਾ ਕਰਕੇ, ਜੇ ਸੱਚੇ ਅੱਲਾਹ ਦੀ ਤਬਲੀਗ ਕਰ ਰਹੇ ਹੋ ਸਾਨੂੰ ਅੱਲਾਹ ਵਿਖਾਓ ਤਾਂ ਸਹੀ। ਅੱਧਾ ਮਜਮਾ ਹੀ ਸਮਝ ਜਾਏ, ਮਲੰਗ ਆਉਣ ਦਾ ਹੱਕ ਅਦਾ ਕਰ। ਯਾ ਅਲੀ ਮੌਲਾ, ਆ ਮੇਰੇ ਵੱਲ ਮੂੰਹ ਨਾ ਕੀਤਾ ਕਰੋ, ਜੇ ਅਸੀਂ ਯਾ ਅਲੀ ਨਾ ਆਖਣਾ ਹੋਵੇ ਉਹ ਤਲੇ ਵੇਖਿਆ ਕਰੋ, ਕਿਉਂਕਿ ਹਕੀਕਤ ਹਰ ਬੰਦਾ ਨਹੀਂ ਸੁਣ ਸਕਦਾ। ਹਰ ਨਬੀ ਨੂੰ ਉਮਤ ਮਜਬੂਰ ਕੀਤਾ ਸਨ ਅੱਲਾ ਵਿਖਾ, ਵਿਖਾਈਂਦਾ ਤਾਂ ਉਹ ਜਿਸ ਆਪ ਡਿੱਠਾ ਹੋਇਆ ਹੁੰਦਾ। ਨਬੀ ਆਦੇ ਹਨ ਜੀ, ਬਿਸਮਿਲ੍ਲਾ ਯਾ ਅਲੀ। ਹਰ ਨਬੀ ਆਦਾ ਕਿ ਅੱਲਾ ਵਾਹਿਦ ਲਾ ਸ਼ਰੀਕ, ਸਾਡਾ ਅੱਲਾ ਬੜਾ ਕਰੀਮ। ਉਹ ਆਦੇ ਨਹੀਂ ਸਨ ਵਿਖਾ, ਕਿਉਂਕਿ ਉਹ ਡਿੱਠੇ ਹੋਏ ਨੂੰ ਮੰਨਦੇ ਹਨ। ਇਹ ਯਾਰ ਪਹਿਲੀ ਦੇ ਕਹਿੰਦੇ ਤੇ ਕੀ ਲਿਖਿਆ ਹੁੰਦਾ, ਅਲਿਫ ਦੇ ਅੱਗੋਂ ਅਨਾਰ, ਬੇ ਦੇ ਅੱਗੋਂ ਬੱਕਰੀ ਹੁੰਦਾ ਕਿ ਮੈਂ ਪੜ੍ਹਿਆ ਤੁਸੀਂ ਨਹੀਂ ਪੜ੍ਹਿਆ। ਬਈ ਜ਼ੇਨ ਤਸਲੀਮ ਨਾ ਕਰਦਾ ਕੋਈ ਅਲਿਫ ਬੇ ਯਾਦ ਨਾ ਕਰ ਸਕਦਾ, ਉਹਨਾਂ ਅਲਿਫ ਦੇ ਅੱਗੋਂ ਨਿਸ਼ਾਨੀ 'ਚ ਬਣਾਈ ਬਈ ਅਨਾਰ ਦੀ ਵਜ੍ਹਾ ਤੋਂ ਇਹਨਾਂ ਨੂੰ ਅਲਿਫ ਯਾਦ ਰਹੇ। ਬਦਬਖਤ ਬੰਦੇ ਆਏ, ਬੁੱਤ ਪ੍ਰਸਤ ਲੋਕ ਆਏ, ਉਹ ਅਣਡਿੱਠੇ ਖੁਦਾ ਨੂੰ ਮੰਨਦੇ ਹੀ ਨਾ ਆਏ।
جو مرضی آئی فتوا لا جڑا حقیقت لکائے تے نطفے وچ فرق رہندا ہے جدا آخری نبی نو آکھیا نے سانو اللہ وکھا جے ساڈے خداوت لعنت کیتی ائی اللہ فرمایا انہاں نو آنکھ میں نظر نہیں آندا تیری آسانی واسطے میں زمین تے اپنی 14 تصویراں بھیجا جیو بھائی جی بسم اللہ جی بسم اللہ میں نہیں رگڑا گتنا بھی ایک نکی جی گل ہوئی تو گھنٹہ میں مجرم ہوں میں ہر منٹ ایک گل قوم تک پہنچے قوم جو پیسہ دے رہی ہے نیاز حسین سمجھ کے میرے اگے دیکھ جڑا دیندا ہے میرے تے حلال ہے اس تے حلال ہے اس تو ہی پوچھے ہوئے سی جڑا جو 80,000 دے کے امام حسین دی توہین سن رہا ہے وہ بھی مجرم ہے بندے دا پتر تا سادنا جنوں عزت احترام دا پتہ ہوئے اتھوں دے کسے ذاکر تے میرا اعتراض نہیں میرے پورے ملک جدر دی میں مرشد ذاکری دی اجازت دیتی ہے ہر جگہ تے تقریر ہوگی ایتھے نے پاک مرشد اور انہاں دی زبان ایک تاثیر جتیاں انہاں دی جتیاں جتے چھنڈو نا ذاکران دیا میں انہاں اپنے سر دا تاج سمجھا امام حسین دا ذاکر ہوئے خون حسین دا تاجر نہ ہوئے میں ذاکر دی جانتا ہوں یا علیہ یا علیہ میں تینے کلیہ دسینا چھویں بادشاہ دی حدیث ہے سارا سال منگو جڑے دے سکدن جڑے کتے شراب لک دن وہ ذاکر حسین نو کیوں نہیں دن دے انہوں تو منگ لو سارا سال منگو میں تو انہوں تو ہی میں تو توبہ کیتی ہے دسویں دی رات میں تو انہوں تو نہیں منگ رہا جدہ مولا دن دن تو وہ ٹکے ٹکے بندے دی کشامت دفیدہ کے آئے گا ذاکر بن کے میں یہ عہد کیتا یہ نہیں ذاکری چمکان واسطے نہیں جو سائیاں میں دیتی ہے سارے ذاکران دی ذاکری میرے کول ہے وہ میں جاننا میں انہوں نے پیوں ہاں دادیا نال پڑے ہویا کیونکہ میں سائیں فرمایا ہی میں بڑھا ہونا نہیں وہ میں انہوں نے گل نہیں کر رہے جتنے ہی آئین اور جتنے ہی نصدین پاک مرشد انہوں نے ادھر دیسن ایک کلی ذہن وچ رکھیا ہے مولا دی حدیث ہے جیڑا دسویں دی رات تے دسویں دے دن نو کمائی دا دن سمجھے خود چھویں بادشاہ فرمائندے نو دا حشر نشر شمر نال ہوسی تے جیڑا شمر نو سد کے حسین دی توہین سندا ہے بانی مجرم نہیں وہ بھی مجرم ہے باقی منگے نو دا حق بندا ہے تانوں مولا دا ذکر سنائی دا جیڑا دسویں دی رات تے دن نو کمائی دا دن سمجھے بڑی وڈی رات ہے تے میں 1.5 لاکھ لینا ہے ایسے دی ماں تے لعنت کرو نو سدن والا بھی مجرم ہے کبھی تا گھبرا تا نہیں گئی اٹائی میں غریب دی نہیں پڑھو غریب دا دل نہیں آتا میں میرے گھر غلام باز پڑھے یا سگلین صاحب پڑھے یا رتوال صاحب پڑھے غریب دا دل کیوں ٹھکائے آپ نے ممبر تے بیان کر دے بھی وہ وزیر اعظم ہے علی بن یقین دا واقعہ ہے کہ کسے موچی دا کام نہ سکیتا تے مولا کنٹ چکیتی ہے سرکار فرمائے اس موچی دا پیر اپنے رخسار تے لوا تاں تیرا امام راضی ہو سکتا ہے چند حرام زادے ٹاؤٹین جنہ بنیایا ہر ذاکر اچھا ہر ذاکر اچھا جیڑا ذکر حسین کردہ چند حرام دے ٹاؤٹ ایسین اوہ میں تا بھئی ان منتہ نال 70,000 دیتے چلو تو 50 اچھا دے بھی ایسے حرام زادے تے جیڑا لانت نہیں کردہ اس تے بھی لانت ہے تے جیڑا پیٹ کے باہر ذاکر نو نپی کھلا ہوئے میں تیری محلت بڑی لوائی تے میں پیسے دے ایسے ذاکر تے ہی لانا تو اس پیٹے تے ہی لانا تو دماغ تے ہی لانا تماشا نو بناؤ ذکر حسین کائنات اس تو بڑی کوئی فضیلت اللہ درس بکھاؤ کائنات کوئی ایسی ہستی بکھاؤ جس تا ذاکر اللہ ہوئے
تین اللہ تے یقین نہیں، تین محمد والے محمد تے یقین نہیں، تین انہاں چند حرام زادے تے یقین ہے جنہاں نوں درد ہی نہیں، جنہاں نوں حب حسین بھی نہیں، جنہاں نوں مجلس حسین دی فضیلت دا ہی نہیں پتا، جنہاں نوں مقصد شہادت حسین دا ہی نہیں پتا، ایسے نوں دینا ہی حرام ہے جڑا ممبر تے آکے حسین دی ازمائش تے امتحان آئی۔ امتحان اس دا ہوندا ہے جدی ازمائش تے شک ہوئے، حسین تے اللہ نوں کیڑا شک ہے؟ آ جملہ میں تاریخ دا دسے نا، ریزلٹ توں دے دے یا کل انبیاء دی تاریخ توحید منوا وین آئی انہی گل، ہر نبی آدھر اللہ واحد لا شریک بے مثل بے مثال، سارے نبیوں امتا ہر نبی دی امت بھول دی رہی، غور ہے جیڑا نبیاں اللہ دسے آئی اس نو بھی امت بھول گئی۔ آقا جی ملو سارے توجہ چ بیٹھے، ایڈا وڈا جملہ میری ساری سروس کوئی نہیں ذکر حسین جیڑا ہن میں ملنگا ماتمیاں نو دے رہے، آدم تو لے کے خاتم تک ہر نبی نے اللہ دسیا ہے منوایا حسین، تا حسین حسین ہر جہان کا جی بسم اللہ جی بسم اللہ یا علی، تے جس اللہ منوایا ہے او دے نال اللہ وعدہ کیتا، اللہ کئی ملنگ ماتمی ذاکر مولوی نال نہیں کیتی، جس نے اللہ نو منوامنا آئی اس نو عالم ارواج اپنے نور عظمت اور جلال چو خلق کے سامنے بہا کے اس نو اللہ پیادا ہے تو میرا ذاکر بن جا میں تیرا ذاکر بن جا، تو میرا ذکر کر میں تیرا ذکر کر، امام حسین نو آکے جس اللہ منوایا ہے اس دا عشق جب تک دل چ نہیں تیری نماز بھی حرام ہے، تو تا شیعہ تو تا ماتمی اہل سنت پہ آدن بن حب حسین عبادت حرام ہے، مرکز تا نبوت ہے نا، جب تک عشق نبی نہیں کسے بندے دا سجدہ ہی قبول نہ، عشق نبی آ نہیں سکتا جب تک پہلے عشق حسین نہ ہو، نہ کوئی سنی نے نہ کوئی شیعہ نہ کوئی وہابی نہ کوئی دیوبند، دو ہی مذہبی نے عرش تو نیڑے چلن حق اور باطل، یہی پیغام اتنی میں مجلس آدیا انہوں حسین دے سجدے طاقت اتنی آئی اس حق اور باطل نو کنورٹ کر کے حسینیت اور یزیدیت مشہور کر دیتا۔ اے نکا جہ رسالہ میرے کول ہے انگریزی، میں تو اتنی جانتا نہیں، میں ترجمہ کروایا، انگریز خاندان نے دوسرے انگریز خاندان دا پانی بند کیتا، تھک تو نہیں گئے وہ جنہ انگریزا دا پانی بند ہویا، وہ جنہ بند کیتا ہے پانی انہاں لکھ رہے ہیں کیا تم یزیدی ہو، انہاں تو انگریز کوئی سننی آن، دوسرا پیغام ملنگ دے کے جا رہے ہیں، پتہ نہیں زندگی دوت کوئی یہ نہ آکھے بھائی ذاکر انت سند سے کوئی نہ، محشر دے تخت اللہ تو نہیں نہ بڑھ، اللہ تو وجود رکھتا ہی نہیں، اللہ تو بے مثل بے مثال ہے، اللہ تا دے انو ان جڑا علی اور نبی دا خالق ہے، ہن عقیدے دا پتہ لگ گیا نے او دی مرضی ہے، یار بندے اعتراض کرنا سوکھا ہوندا، وقت رات دی مجلس تے انج لمبی ہو جاسی، چڑیوٹ میرے تے فتوے لگ گئے بھائی یہ مولا علی تو رزق منگدا ہے تے ٹک اور تے بہت زندگی تے اور اجے ہی بن کے علم تلو خاک چ چٹیندا تے شفا، وہ منوانا مینو ڈاکٹر نوری جان دے اور مرزائی ہے ایک دل دا ڈاکٹر، اتھے مل گیا مین روڈ تے، وہ بھائی اتھو کوئی لینی آن گولیاں پر میڈیکل تو جڑی کیلشیم دی ہوں گی، وہ میں کہ کنے اس کے قبلہ مین روڈ ہے، اس دل ملیندہ گیا تھا آیا کار میں کہ خیر تا ہے مین روڈ ہے تو کی ہے جیڑی جیو تکلیف آئی دل دیتے ہو ڈاکٹر نورین چیک کراؤں، وہ کہو میڈیکل تے کے لکھی ہو دیوار تے وَإِذَا مَرَضْ تُفَاهُ وَيَشْفِينَ، مریض تو نہ بیمار تو نہ
اللہ پہ ادا شفا میں دے نہیں دے کے لینا میں رات دے دوپہر نہ بنائیں تو ملنگی نہیں نہ میرے اگر توجہ ہے حلالی موالی او میرے حق کے دعا کرے سن میں کیا قرآن پہ ادا اللہ پہ ادا شفا میں دینا رزق میں دینا موت میں دینا زندگی میں دینا اللہ شفا دینا نوری کول کے کر اور چھوڑو جڑے ملنگا لیے گلا نہ کیجیے کرو مین روڈ ہے میں کہ مین روڈ تے تو چس سمجھیے چستا ہے نہ یزیدیاں دی گلی وچ بندا آکھے نظر اللہ نیاز ہے اچھا میں کہ تھائیں گل سن میرے مین روڈ تے گل سن توجہ نہیں فرمائی تھک تا نہیں گئے میرے تے اس دا دیاڑے جی جی دیہڑے پہلے اس فتوا لایا جیو بھائی یہ کافر ہوں دن ملنگ تے تو آئے دا دیہڑے پہلے فتوا لائی مین روڈ مکہ مین روڈ تے مین دس اللہ پہ ادا شفا میں دینا نو اور چھوڑو جڑے ملنگا لی نہ کرو اللہ دے ہاتھ تے شفا رکھیے اوے اولو دے پٹھیا او مرزائی دے ہاتھ تے شفا رکھ سکدا ہے علی دے ہاتھ تے رزق نہیں رکھ سکدا جیو جڑے حلالی موالی بیٹھے جیو جیو یا علی مولا مشکل کشا جی بسم اللہ او دی مرضی مالک تا ہوئے نا مرضی جد ہاتھ چ رکھے اللہ علی اور نبی دا بھی خالق ہے اللہ او رب ہے جڑا علی دا رب ہے ہوں پتا لگ گیا نے کھلا سپیکر تو نہیں مہدا پیا جی دیا کیدا نہیں ہو تو ملاؤن ہے اتنی گل کوئی 73 چلو شیعہ نے 73 فرقہ نفی کرن میرا گریبان پکڑو تیر نبی ماریا تکلیف نبی دے ہاتھ نو ہوئی کمانڈ نبی دے ہاتھ چ چھیک نبی دیتی اللہ پیدا وما رمیت از رمیت ولیکن اللہ روا تے نہیں ماریا میں ماریا اوے قرآن نو جڑا نہ مننے ہو تا بگاڑ تو ہی بھیڑا ہے اوے سمجھ نہیں آئی اتھے مجمے نو تیر تے نبی دا ہاتھ اللہ دا مان لیا نے رزق تے نبی دا اللہ دا کیوں نے مانے نے غدیر تے بھی وہ ہاتھ مننو بھئی اللہ آکھے آئے آئے ولی نے تے جب تک عشق حسین نہیں تصور سجدہ جب تک حسین نہیں تیرا سجدہ اللہ والا نہیں کیونکہ سجدہ حسین دسے نبیاں اللہ دسے آئے حسین اللہ منوایا ہے تینوں میں انہوں سر دی پیڑ ہوئے سانو سجدہ بھولوئیں گا اسا کی توحید بچا گئی توحید اس دسے یہ جس تیرہ دی بارش سجدہ کی تھا شبی میدان امام حسین ریجیکٹ کی تھا 27 میدان کربلا ہے بیکن پہلے جملے تو تاریخ شروع کی تھی آخری بھی ہسٹری دا جملہ 26 میدان منا آئے مولا عباس آکھیا سرکار تا کافی کھلا میدان چکیل میدان ہے تو منا پہلے منا نہیں اعتباد ہے چاہے مولا کافی کھلا میدان ہے توجہ ہے تو ملنگ 5 عظیم جملہ دے رہا ہے مولا حسین عباس دی پہشانی چم کے فرمایا عباس اے حج واسطے کافی ہے حسینیت واسطے اجائی تھوڑا ہے میں نے ایسا کھلا میدان چاہی دا کیونکہ میں صرف عالم اسلام دا لیڈر نہیں میں اقوام عالم دا لیڈر ہوں حسین دے منن واسطے نہ سنی ہونا ضروری ہے نہ شیعہ ہونا ضروری ہے غیرت مند ہونا ضروری ہے امام حسین دے جس نے سجدے توحید منوائیے او دے عشق تے فتوے لا کے سجدہ کر سے تو تیرے اور شیطان دے سجدے کیڑا فرق ہے
ਪੜ੍ਹਾ ਨਮਾਜ਼, ਉਹ ਮਾਤਮੀ ਨਹੀਂ ਜਿਹੜਾ ਬੇਨਮਾਜ਼, ਜਿਹੜਾ ਬੇਰੋਜ਼ਾ ਹੈ ਉਹ ਬੇਗੈਰਤ ਹੈ, ਉਹ ਤਾਂ ਬੰਦੇ ਦਾ ਪੁੱਤਰ ਹੀ ਨਹੀਂ ਜੀ, ਬਗੈਰ ਮਜਬੂਰੀ ਦੇ ਉਹ ਨਹੀਂ ਰੱਖਦਾ। ਕਿਹੜਾ ਤਾਂ ਮਾਤਮੀ ਬੇਨਮਾਜ਼ ਹੁੰਦੇ, ਨਮਾਜ਼ ਹੀ ਮਾਤਮੀ ਦੀ ਹੈ। ਕਰਬਲਾ ਚ ਦੋ ਨਮਾਜ਼ਾਂ ਹੋਈਆਂ, ਸ਼ਿਮਰ ਵੀ ਪੜ੍ਹੀ, ਅਬੀ ਬਿਬਨ ਮਜ਼ਾਹਿਰ ਵੀ ਪੜ੍ਹੀ, ਕਬੂਲ ਕਿਸ ਦੀ ਹੈ? ਸਾਥੂ ਸ਼ਿਮਰ ਵਾਲੀ ਨਾ ਪੜ੍ਹਾ, ਅਸਾਂ ਉਹ ਪੜ੍ਹਨੀ ਹੈ ਜਿਸ ਚ ਇਸ਼ਕ ਹੁਸੈਨ ਹੈ। ਹਬੀਬ ਇਬਨ ਮਜ਼ਾਹਿਰ ਵਾਲੀ ਪੜ੍ਹਨੀ ਹੈ ਜੀ। ਬਿਸਮਿਲ੍ਲਾ, ਕਿਆ ਰੱਖਿਆ ਗਿਆ ਹੈ ਤੌਹੀਦ ਤੋਂ ਹੁਸੈਨ ਨੇ, ਸਾਨੂੰ ਕੰਡਾ ਲੱਗੇ ਤਾਂ ਸਜਦਾ ਬੋਲਵੇਂਦਾ, ਤੀਰਾਂ ਦੀ ਬਾਰਿਸ਼ ਚ ਹੁਸੈਨ ਸਜਦਾ ਕੀਤਾ, ਅਕਬਰ ਦੇ ਕੇ ਸਜਦਾ ਕੀਤਾ, ਅਬਾਸ ਦੇ ਬਾਜ਼ੂ ਦੇ ਕੇ ਸਜਦਾ ਕੀਤਾ। ਕਿਉਂ 27ਵਾਂ ਮੈਦਾਨ ਸਿਲੈਕਟ ਕੀਤਾ ਇਮਾਮ ਹੁਸੈਨ? ਮੈਨੂੰ ਐਸਾ ਖੁੱਲ੍ਹਾ ਮੈਦਾਨ ਚਾਹੀਦਾ ਜਿਸ ਵਿੱਚ ਅਕਵਾਮ ਆਲਮ ਇਕੱਠੀ ਹੋਵੇ, ਕਿਉਂਕਿ ਮੈਂ ਅੱਲਾਹ ਦੀ ਸਾਰੀ ਮਖਲੂਕ ਦੀ ਜ਼ਿੰਮੇਵਾਰੀ ਚਾਹ ਕੇ ਕਰਬਲਾ। ਅੰਗਰੇਜ਼ ਹੀ ਹਨ, ਸਿੱਖ ਹੀ ਹਨ, ਹਿੰਦੂ ਹੀ ਹਨ, ਜਦੋਂ ਉਹਨਾਂ ਬੀਠਾ ਯਜ਼ੀਦ ਖਤ ਲਿਖਿਆ ਹੋਇਆ ਵੀ ਬਾਗੀ ਨਾਲ ਜੰਗ ਹੈ, ਅਕਬਰ ਦੇ ਕੇ ਸਜਦਾ, ਪਰੇਸ਼ਾਨ ਹੋ ਗਿਆ। ਛੇ ਮਹੀਨਿਆਂ ਦਾ ਪੁੱਤਰ ਤਰੇ ਵਾਰੀ ਕੁਹਾ ਕੇ ਹੁਸੈਨ ਸਜਦਾ ਕੀਤਾ, ਉਸ ਵੇਲੇ ਗੈਰ ਮੁਸਲਮਾਨ ਦੇ ਹੱਥੋਂ ਕਲਮਾ ਡਹਿ ਪਈਆਂ ਵੀ ਕੁੱਤਾ ਯਜ਼ੀਦ ਬਕਵਾਸ ਕਰਦਾ, ਮੁਲਕ ਵਾਸਤੇ ਤਖਤ ਵਾਸਤੇ ਕੋਈ 6 ਮਹੀਨਿਆਂ ਦੇ ਪੁੱਤਰ ਨਹੀਂ ਦਿੰਦਾ, ਗੈਰਤਮੰਦ ਨਾਲ ਮਲੰਗ ਦੀ ਗੱਲ ਹੈ। ਈਸਾਈਆਂ ਆਖਿਆ ਜਿਹੜਾ 6 ਮਹੀਨਿਆਂ ਦਾ ਪੁੱਤਰ ਕੁਹਾ ਕੇ ਸਜਦਾ ਕਰ ਰਿਹਾ, ਕੋਈ ਜ਼ਾਤ ਹੈ ਜਿਹਨੂੰ ਅੱਲਾਹ ਆਖਿਆ? ਉਸ ਅੱਲਾ ਮਨਵਾਇਆ, ਉਸ ਸਜਦੇ ਨੇ ਕਿਹੜੀ ਫਸਲ ਦੇਣਾ ਤੂੰ ਤੇ ਸਜਦੇ ਚ, ਉਸ ਦਰਦ ਭੁੱਲ ਗਿਆ, ਭੁੱਲ ਗਿਆ ਸਹੀ ਮੁਰੜਿਆ, ਸਹੀਦਾ ਭੁੱਲ ਗਿਆ, ਕਿਹੜੀ ਲੜੀ ਸਹੀਦਾ ਭੁੱਲ ਗਿਆ। ਤੇ ਐਸਾ ਹੀ ਟਾਈਮ ਆਇਆ ਹੁਸੈਨ ਸਜਦੇ ਚ, ਸ਼ਿਮਰ ਨੂੰ ਤਾਂ ਯਕੀਨ ਆ ਹੁਸੈਨ ਸਜਦਾ ਨਹੀਂ ਕਰ ਸਕਦਾ, ਜੋ ਉਸ ਪਰੇਸ਼ਾਨੀ ਵਿੱਚ ਤੀਰ ਮਾਰੇ ਹੋਏ ਆ ਰਹੇ, ਜਿਸ ਸ਼ੱਕ ਕੀਤਾ ਉਹ ਮਜਲਿਸ ਵਿੱਚ ਆਵੇ ਹੀ ਨਾ। 14 ਸਾਲਾਂ ਦਾ ਕੈਦੀ ਇਮਾਮ ਅੱਧ ਰਾਤ ਵੇਲੇ ਬੈਲੋਲ ਨੂੰ ਕੈਦ ਖਾਨੇ 'ਚ ਸੱਦ ਕੇ ਫਰਮਾਇੰਦੇ ਨੇ, ਸ਼ਿਮਰ ਆਖੇ ਹੁਸੈਨ ਸਜਦਾ ਕਿਵੇਂ ਕਰੇ ਸੀ? ਹੁਸੈਨ ਆਖੇ ਮੈਂ ਆਇਆ ਹੀ ਸਜਦੇ ਵਾਸਤੇ, ਏਡਾ ਜ਼ੋਰ ਦਾ ਮੇਰੀ ਜੱਦ ਸਜਦਾ ਕੀਤਾ, ਜਿਹੜੇ ਤੀਰ ਅੱਗੋਂ ਲੱਗੇ ਹੋਏ ਹਨ ਪਿੱਛਾ ਨਿਕਲ ਗਿਆ। ਉਸ ਸਜਦੇ ਨੇ ਤਾਰਫ ਕਰਵਾਇਆ ਕਿ ਕੋਈ ਅੱਲਾਹ ਹੈ, ਗੈਰ ਮੁਸਲਿਮ ਹੀ ਮੰਨਦਾ। ਹੁਸੈਨ ਨੂੰ ਸਜਦੇ 'ਚ ਇੱਕ ਐਸਾ ਟਾਈਮ ਆਇਆ, ਉਹ ਧੀ ਆਇਸ ਜਿਸ ਵਾਸਤੇ ਹੁਸੈਨ ਫਰਮਾਉਂਦੇ ਹਨ, ਜਿਸ ਘਰ 'ਚ ਮੇਰੀ ਧੀ ਸਕੀਨਾ ਨਾ ਹੋਵੇ ਹੁਸੈਨ ਨੂੰ ਆਰਾਮ ਨਹੀਂ। ਉਸ ਧੀ ਵੀ ਸਦ ਮਾਰਿਆ ਤੇ ਹੁਸੈਨ ਸੁਬੂਹੁਨ ਕੁਦੂਸੁਨ ਬਿਤਸਬੀਹ ਹੋ ਜਾਂਦਾ, ਐਸਾ ਸਜਦਾ। ਤਕੀ ਕਿਆਮਤ ਜੀ, ਲੋਕ ਕਿਆ ਜ਼ਾਕਰੀ ਉਹ ਕਰ ਰਹੇ ਨੇ, ਉਹਨਾਂ ਨੂੰ ਬਿਮਾਰ ਕੀਤੀ ਖਲੈ ਤੇ ਉਹਨਾਂ ਨੂੰ ਤਾਪ ਹੋ ਗਿਆ, ਜਿਹਨਾਂ ਨੂੰ ਅੱਲਾ ਨੇ ਆਪਣਾ ਮਜ਼ਹਬ ਬਣਾ ਕੇ ਭੇਜਿਆ ਉਹਨਾਂ ਨੂੰ ਤਾਪ ਚੜਾਈ ਖਲੈ ਤੇ ਪੈਸੇ ਮੰਗਦੇ ਖਲ। ਸਾਰੀ ਸ਼ਾਮ ਗਰੀਬਾਂ ਹੁਸੈਨ ਦੇ ਬੇਟੇ ਨੇ ਇੱਕ ਸਜਦੇ ਚ ਗੁਜ਼ਾਰੀ ਜੀ, ਬਿਸਮਿਲ ਜੀ, ਬਿਸਮਿਲ ਖਤਮ ਹੋ ਗਿਆ। ਅੱਗੇ ਹੀ ਉਹ ਆਖ ਰਿਹਾ ਵੀ ਆਜ਼ਾਦਾਰੀ ਬੇਸ਼ੱਕ ਵੱਧ ਗਈ ਹੈ ਮਗਰ ਅਕੀਦਤ ਔਰ ਇਤਰਾਮ ਘੱਟ ਗਿਆ। ਅੱਗੇ ਲੋਕ ਜ਼ਾਕਰਾਂ ਦੇ ਹੱਥ ਚੁੰਮਦੇ ਹਨ, ਹੁਣ ਪੈਸੇ ਦੇ ਕੇ ਜਿਹੜਾ ਗਾਲ ਪਿਆ ਕੱਟਦਾ ਉਹ ਬਗੈਰਤ ਸਦੇਂਦਾ ਕਿਉਂ ਹੈ? ਉਹਨੂੰ ਸਦ ਜਿੱਦ ਇੱਜ਼ਤ ਇਤਰਾਮ ਕਰ ਸਕੇ ਹੁਸੈਨ ਬਾਦਸ਼ਾਹ ਦਾ ਜ਼ਾਕਰ ਸਦੇਂ ਅਭੀ ਤੱਕ ਮੇਰਾ ਦਿਲ ਆਖੀ ਤਾਂ ਸਦੇ ਜੋ ਪੈਗਾਮ ਆਈ ਉਹ ਮੈਂ ਪਹੁੰਚਾ ਦਿੱਤਾ। ਇੱਕ ਸਜਦੇ ਚ ਸਾਰੀ ਸ਼ਾਮ ਗਰੀਬ ਸਜਾਦ ਗੁਜ਼ਾਰੇ। 6ਵੇਂ ਬਾਦਸ਼ਾਹ ਪੜਵਾ ਮਾਲੀ ਸ਼ੇਖ ਸਦੂਕ ਲਿਖਦੇ ਪਏ, ਇਹਦੀਆਂ ਵੱਡੀਆਂ ਮੁਸੀਬਤਾਂ ਖੂਫੀਆਂ ਦੇ ਸਰਾਂ ਤੋਂ ਨੇਜ਼ਿਆਂ ਨਾਲ ਮੁਰ ਕੇ ਲਾਹ ਗਏ। ਮੈਂ ਦਾੜਾ ਦਾ ਕਾਇਲ ਨਹੀਂ ਜਿਹਦੇ ਦਿਲ ਚ ਕਬਰੇ ਹੁਸੈਨ ਮਲੰਗ ਦੀ ਮਜਲਿਸ ਚ ਉਹ ਬੈਠਾ ਕਰੇ,
ਉਹ ਸਜਦੇ ਚ ਕਾਈ ਭੈਣ ਪਿਆ ਦੀ ਅੱਖੀ ਖੋਲ ਮੇਰੇ ਦੁਰ ਲਹਿ ਗਏ ਸੱਜਾਦ ਸਜਦੇ ਚ ਸਜਦੇ ਚ ਤਕੀ ਜੀ ਸਜਦੇ ਚ ਇੱਕ ਭੈਣੇ ਜਿਹੜੀ ਬਿਰਾ ਦੀ ਜ਼ਖਮੀ ਤਲੀਏ ਚੁੰਮ ਕੇ ਆਦੀ ਪਈ ਸੱਜਾਦ ਥੋੜਾ ਜਿਹਾ ਸਰ ਚਾਵੇ ਨਾ ਉਹ ਵੇਖ ਅਕਬਰ ਦਾ ਕਾਤਿਲ ਮੇਰਾ ਦਾਜ ਲੁੱਟ ਗਿਆ ਸੱਜਾਦ ਸਜਦੇ ਚ ਉਹ ਸਜਦੇ ਦੀ ਸੁਨਤ ਤੇ ਆ ਜਿਹੜਾ ਹੁਸੈਨ ਬਾਦਸ਼ਾਹ ਦੱਸਿਆ ਜਿਹੜਾ ਹੁਸੈਨ ਦੇ ਪੁੱਤਰ ਦੱਸਿਆ ਉਹ ਮੁਫੱਜ਼ਲ ਹੱਥ ਜੋੜ ਕੇ ਸ਼ੇਖ ਸਦੂਕ ਲਿਖਿਆ ਉਹਨਾਂ ਦੀ ਤਾਂ ਮੰਨ ਲੈ ਮੁਫੱਜ਼ਲ ਹੱਥ ਜੋੜ ਕੇ ਵਿਆਹਦਾ ਹੈ ਆਕਾ ਇਤਨੀਆਂ ਬੜੀਆਂ ਮੁਸੀਬਤਾਂ ਤੇ ਮੌਲਾ ਵਾਦ ਸਜਦੇ ਛੇਵੇਂ ਬਾਦਸ਼ਾਹ ਅਮਾਮਾ ਲਹਾ ਕੇ ਸਰ ਤੇ ਮਾਤਮ ਕੀਤਾ ਤੂੰ ਬਿੱਦਾ ਤਾਕ ਮਾਤਮ ਕਰਕੇ ਫਰਮਾਇੰਦੇ ਨੇ ਉਹ ਮੁਫੱਜ਼ਲ ਸਜਦਾ ਕਿਉਂ ਕੀਤਾ ਮੇਰੀ ਜਦ ਸੱਜਾ ਜਦੋਂ ਨੇਜ਼ੇ ਨਾਲ ਆਲੀਆ ਦਾ ਬੁਰਕਾ ਲੱਥਾ ਨਾ ਤੇ ਅੱਲਾ ਮਖਲੂਕ ਤੇ ਨਾਰਾਜ਼ ਹੋ ਗਿਆ ਅੱਲਾ ਮਖਲੂਕ ਨੂੰ ਗਾਰਕ ਪਿਆ ਕਰੇਂਦਾ ਸੱਜਾਦ ਸਜਦਾ ਕਰਕੇ ਮਖਲੂਕ ਬਚਾ ਲਿਆ ਜੀ ਬਿਸਮਿਲਲਾ ਮੈਂ ਨੌਕਰ ਇੱਕ ਟਾਈਮ ਐਸਾ ਆਇਆ ਸ਼ਾਮ ਗਰੀਬ ਹੈ ਆਲੀਆ ਤੇ ਬੁਰਕਾ ਲੱਥਾ ਹੋਇਆ ਜਦੋਂ ਸਾਦ ਮਾਰਿਆ ਅਬਾਸ ਨੂੰ ਮੈਂ ਆਕਾ ਹੁਸੈਨ ਤੋਂ ਇੱਕ ਗੱਲ ਪੁੱਛਦੇ ਕਈ ਬੱਚੀ ਆਈ ਜਿਸ ਦੀ ਲਾਸ਼ ਖੈਮੇ ਦੇ ਪਿੱਛੋਂ ਤਲਾਸ਼ ਕੀਤੀ ਆਦੀ ਅਬਾਸ ਮੈਂ ਹੁਸੈਨ ਤੋਂ ਇੱਕ ਮਸਲਾ ਪੁੱਛਦੇ ਅਗਰ ਤੇਰੇ ਕੋਲ ਅਬਾ ਨਾ ਹੁੰਦੀ ਤੂੰ ਕਾਸਿਮ ਕਿਵੇਂ ਚਾਹਿਆ ਮੈਂ ਤਾਂ ਤੁਹਾਨੂੰ ਮਜਲਿਸ ਮਸਾਏ ਵੀ ਰਾਜ਼ ਵਾਲਾ ਪਿਆ ਸੁਣਾਈਨਾ ਤੇ ਮਾਰਫਤ ਆਲਾ ਉਸ ਲਈ ਮਾਤਮ ਕਰਕੇ ਆਦੀ ਦੱਸ ਹੁਣ ਰੁਕਈਆ ਦੀ ਧੀ ਨੂੰ ਕਿਵੇਂ ਚਾਹੀ ਚਾਦਰ ਪਹਿਲੇ ਲੁਟੀ ਗਈ ਉਸ ਵੇਲੇ ਸੱਜਾਦ ਦੇ ਰਾਹ ਕੇ ਹੀ ਉਹ ਆਖਿਆ ਮੈਂ ਸੱਜਾਦ ਬਾਬੇ ਕੋਲ ਪੁੱਛਦੇ ਇਹ ਵੀ ਲਿਖ ਦਿੱਤਾ ਆਇਆ ਕਿ ਸਾਡੀਆਂ ਧੀਆਂ ਹੀ ਰੋਲ ਕੇ ਮਾਰੋ ਉਸ ਹੁਸੈਨ ਬਾਦਸ਼ਾਹ ਦੇ ਜ਼ਿਕਰ ਤੇ ਪਾਬੰਦੀਆਂ ਪਿਆ ਲੈਂਦਾ ਜਿਹਦੀਆਂ ਧੀਆਂ ਹੀ ਰੋਲ ਗਈਆਂ ਕਈ ਚਾਰ ਸਾਲ ਦੀ ਬੁੱਢੜੀ ਹੋ ਗਈ ਕਈ ਦਾ ਦਾਜ ਲੁੱਟੀ ਗਿਆ ਕਈ ਜ਼ਿੰਦਾ ਨੇ ਟਕਰਾ ਮਾਰ ਕੇ ਮਰ ਗਈ ਤੇ ਕਈ ਬਿਰਾ ਦੇ ਹਿਜਰ ਚ ਬੁੱਢੜੀ ਹੋ ਗਈ ਬਲਾ ਉਹਨੇ ਮਾਤਮੀ ਦਾ ਮੋਮਿਨ ਦਾ ਹੁਕਮ ਹੈ ਹੁਣ ਬਿਲਕੁਲ ਥੋੜਾ ਦਿਲ ਤਵੱਜੋ ਹੋ ਗਈ ਮੈਂ ਦੋ ਦੇ ਦੋ ਵੈਣ ਸੁਣੇ ਸਾਂ ਉਸ ਦੇ ਵੈਣ ਹੁਕਮ ਹੋਇਆ ਸੁਣਾ ਜਿਹੜੀ ਹਿਜਰ ਦੀ ਮਲਕਾ ਹੈ ਜਿਹੜੀ ਵਿਆਹ ਦੇ ਚਿਹਰੇ ਦੀ ਆਸ਼ਿਕ ਆਈ ਦੋ ਸਾਲ ਦੀ ਆਈ ਮੇਰੀ ਸੈਣ ਜੋ ਸੱਕੀ ਮਾਂ ਦਾ ਇੰਤਕਾਲ ਹੋ ਗਿਆ ਨੌਕਰਾਂ ਪੁੱਤਰ ਆਖਰੀ ਟਾਈਮ ਸੁਗਰਾ ਦੀ ਮਾਂ ਅਕਬਰ ਨੂੰ ਸੱਦ ਕੇ ਆਖਿਆ ਕਿ ਮੈਂ ਇਸ ਵਿਹੜੇ ਚ ਆ ਕੇ ਮੰਗੀ ਕੋਈ ਸ਼ਾ ਲਈ ਪਿੰਦੀਆਂ ਮੇਰਾ ਆਖਰੀ ਟਾਈਮ ਹੈ ਅਕਬਰ ਮੇਰੇ ਨਾਲ ਵਾਅਦਾ ਕਰ ਮੇਰੇ ਬਾਅਦ ਮੇਰੀ ਧੀ ਨਾ ਰੋਵੇ ਆਫਰੀਨ ਬਈ ਮਰਹਬਾ ਮੌਲਾ ਤੇਰੀ ਮਾਰਫਤ ਹੈ ਔਰ ਇਜ਼ਾਫਾ ਫਰਮਾ ਦੋ ਸਾਲ ਦੀ ਅਕਬਰ ਦੀ ਭੈਣ ਆਈ ਦਸ ਸਾਲ ਦੇ ਅਕਬਰ ਅਕਬਰ ਦੀ ਪਰਵਰਿਸ਼ ਸ਼ੁਰੂ ਕਰ ਦਿੱਤੀ ਔਰ ਬੀਬੀ ਦੱਸਿਆ ਅਕਬਰ ਆਮ ਸ਼ਕਲ ਪੈਗੰਬਰ ਮੈਂ ਟੁਰੀ ਹੋਈ ਨਹੀਂ ਹਾਂ ਮੈਂ ਇਸ ਨੂੰ ਤੇਰੇ ਜ਼ਿੰਮੇ ਡਿਊਟੀ ਲਾਈ ਹੈ ਜਿਹਦੇ ਜਿਹਦੇ ਤੂੰ ਤੁਰਨਾ ਹੈ ਇਹ ਪਿੰਗੇ ਚੋਂ ਚਿਹਰਾ ਬਵਾ ਕੇ ਤੇਰੀ ਕੰਡ ਵੇਚਦੀ ਹੈ ਸਾਰਾ ਸਾਰਾ ਦਿਨ ਵੀਰ ਦੇ ਸੀਨੇ ਤੇ ਸਮਿਆਂ ਅਕਬਰ ਜਦੋਂ ਬਾਹਰ ਵੰਜੇ ਨਾ ਵਾਪਸ ਆਵੇ ਨਾ ਦਰਵਾਜ਼ਾ ਡੇਢੀ ਤੇ ਰੋ ਕੇ ਅਕਬਰ ਦੇ ਹੱਥ ਚੁੰਮ ਕੇ ਆਖਿਆ ਵੀਰ ਹੁਣ ਜ਼ਿਆਦਾ ਦੇਰ ਬਾਹਰ ਨਾ ਰਹਿ ਕਰੋ ਅਕਬਰ ਜਦੋਂ ਤੂੰ ਬਾਹਰ ਹੋਈ ਨਾ ਭੈਣ ਨੂੰ ਪਾਣੀ ਵੀ ਚੰਗਾ ਨਹੀਂ ਲੱਗਦਾ ਜੁੰਮੇ ਵਾਲਾ ਦਿਹਾੜਾ ਵੱਖ ਹੁੰਦਾ ਏ ਬਲੀ ਹਾਸ਼ਿਮ ਦੀਆਂ ਮਸਕੂਰਾਂ ਜੁੰਮੇ ਤੋਂ ਬਾਅਦ ਅਲੀ ਅਕਬਰ ਦੀ ਜ਼ਿਆਰਤ ਕਰਦੀਆਂ ਸਾਰੀਆਂ ਜ਼ਿਆਰਤ ਕਰੇ ਨਾ ਜੁੰਮੇ ਵਾਲੇ ਦਿਹਾੜੇ ਸੈਣ ਸੁਗਰਾ ਮੁਦਾਖਲਤ ਨਾ ਕਰਦੀ ਅਲੇਹ ਦਾ ਮਸਨਦ ਵਿਛਾ ਕੇ ਖੁਸ਼ ਹੋਇਆ ਕਿ ਮੇਰੇ ਬਿਰਾ ਅਕਬਰ ਦੀ ਮਸਤੂਰਾ ਜ਼ਿਆਰਤ ਪਈਆਂ ਕਰੇਗੀਆਂ
ਜਿਹੜੇ ਬੁੱਢੜੇ ਬੈਠੇ ਹੋ ਤੇ ਪਾਕ ਸੈਯਦਾਦੀਆਂ ਪਰਦੇ ਜਿੱਥੇ ਸੁਣਦੀਆਂ ਪਈਆਂ ਅਕਬਰ ਦੀ ਜ਼ਿਆਰਤ ਕਰਕੇ ਹਰ ਮਸਤੂਰ ਸੁਗਰਾ ਦੇ ਹੱਥ ਚੁੰਮ ਕੇ ਆਖਿਆ ਸੁਗਰਾ ਤੇਰਾ ਵੀਰ ਮੂੰਹ ਸੋਹਣਾ ਤੇ ਬਹਿੰਦੀ ਹੋਈ ਮਸਤੂਰ ਦਾ ਹੱਥ ਨਾਪ ਕੇ ਆਖਿਆ ਦੁਆ ਮੰਗੋ ਸ਼ਾਲਾ ਪਚ ਪਵੇ ਸ਼ਾਲਾ ਕਈ ਬਦ ਨਜ਼ਰੇ ਦੀ ਨਜ਼ਰ ਨਾ ਲੱਗੇ ਬਲਾ ਉਹਨੇ ਖਾਈ ਮੌਲਾ ਤੁਹਾਡੀ ਮਾਰਫਤ ਚ ਔਰ ਇਜ਼ਾਫਾ ਹੋਇਆ ਵਿਰਾ ਦੀ ਕੰਡ ਵੇਖ ਕੇ ਬਿਮਾਰ ਹੋਈ ਮੇਰੇ ਸਾਈ ਸਖੀ ਅਲੀ ਮਕਸੂਦ ਬਾਦਸ਼ਾਹ ਅਮਦਾਨੀ ਫਰਮਾਈਂਦੇ ਹਨ ਦਾਵੀ ਵਾਲੀ ਦੀਵਾਰ ਕਮਰ ਝੁਕੀ ਜਦਾ ਕਬੂਤਰ ਆ ਬੈਠੇ ਨਾ ਦੀਗੇ ਰਹਿ ਗਏ ਇਹ ਕਬੂਤਰਾਂ ਦੀ ਵੀ ਵੰਡ ਦੱਸੀ ਵੰਜਾ ਜਿਹੜੇ ਕਰਬਲਾ ਚੋਂ ਕਾਸਿਦ ਬਣ ਕੇ ਆਇਆ ਉਹ ਕਬੂਤਰ ਸਰਕਾਰ ਕਾਸਿਮ ਦੇ ਆਏ ਉਹ ਨਾਲ ਗਏ ਉਹ ਕਬੂਤਰ ਦਸਵੀਂ ਦੀ ਦੀਗਰ ਸੁਗਰਾ ਦੇ ਘਰ ਤੇ ਆਏ ਉਹਨਾਂ ਅਕਬਰ ਦੀ ਬਰਛੀ ਦਾ ਨੋਹਾ ਸ਼ੁਰੂ ਕੀਤਾ ਉਥਾਈ ਤਾਂ ਕਦਮੇ ਤੋਂ ਸਰ ਚਾਹ ਕੇ ਆਉਂਦੀ ਹੈ ਅੱਬਾਸ ਦੀ ਅੰਮਾ ਅਕਬਰ ਦੇ ਖੂਨ ਦੀ ਖੁਸ਼ਬੂ ਪਈ ਆਉਂਦੀ ਹੈ ਬਲਾ ਉਹਨੇ ਉਹ ਨੋਹਾ ਸੁਣ ਕੇ ਇੱਥੇ ਕਮਰ ਝੁਕੀ ਨਾਨੇ ਦੀ ਕਬਰ ਤੇ ਵਾਲ ਸਫੈਦ ਹੋਏ ਜਦੋਂ ਨਾਨੇ ਦੀ ਕਬਰ ਤੇ ਟਕਰਾ ਮਾਰ ਕੇ ਪੁੱਛਦੀ ਹੈ ਨਾਨਾ ਮੇਰੇ ਪਿਓ ਅਕਬਰ ਪਰ ਨਾ ਛੋੜਿਆ ਸਾਰਾ ਸਾਰਾ ਦਿਨ ਰੋਵਿਆ ਸਾਰੀ ਸਾਰੀ ਰਾਤ ਇਸ ਤੋਂ ਬਾਅਦ ਦੂਰ ਕੀਤੀ ਵੰਜਾ ਨੀ ਇਤਨੀ ਲੰਬੀ ਮਜਲਿਸ ਹੋ ਗਈ ਜੇ ਰਾਤ ਦਿਨ ਸਹਿਣ ਦੇ ਵਿਚਾਰ ਇੱਥੇ ਵਾਕਿਆ ਹੁਰਤ ਪਹਿਲੇ ਮੇਰੇ ਮੌਲਾ ਸੱਜਾਦ ਸਾਰੇ ਹਾਸ਼ਮੀ ਮਸਤੂਰਨ ਲੈ ਕੇ ਆਲੀਆ ਦੀ ਜਾਗੀਰ ਸ਼ਾਮ ਵਿੱਚ ਰਿਹਾਇਸ਼ ਪਜ਼ੀਰਾ ਡੱਲੀ ਹੋਈ ਰਾਤ ਹੈ ਬੁੱਢੜੀ ਹੋ ਗਈ ਹੈ ਬਿਰਾ ਦੇ ਇਸ਼ਕ ਵਿੱਚ ਰੋ ਰੋ ਕੇ ਅੱਧ ਰਾਤ ਦਾ ਟਾਈਮ ਹੈ ਦੋ ਖੂੰਡਿਆਂ ਦੀ ਟੇਕ ਹੈ ਮਦੀਨੇ ਦੇ ਸੱਤ ਕਦਮ ਚਾ ਕੇ ਉਹ ਜਿਹੀਆਂ ਗੱਲਾਂ ਸ਼ੁਰੂ ਕੀਤੀ ਖਲੀਏ ਨਾਨਾ ਜਿਵੇਂ ਤੁਹਾਡੀ ਦੀਨ ਤੁਹਾਡੇ ਨਾਲ ਪਿਆਰ ਆਈ ਮੈਨੂੰ ਤੇਰੀ ਹਮ ਸ਼ਕਲ ਅਕਬਰ ਨਾਨਾ ਜਿਵੇਂ ਤੁਹਾਡੀ ਦੀ ਤੁਹਾਡੇ ਬਾਅਦ ਜ਼ਿੰਦਾ ਨਾ ਹੀ ਰਹੀ ਜੀਵਣਾ ਮੈਂ ਵੀ ਕੋਈ ਨਹੀਂ ਮਾਤਮੀਆਂ ਦੇ ਹਿੱਸੇ ਦੀ ਮਜਲਸ ਪਿਆ ਸੁਣਾਈ ਨਾ ਮੈਂ ਨੌਕਰ ਹਾਂ ਜੀ ਜੀਵਣਾ ਮੈਂ ਵੀ ਕੋਈ ਨਹੀਂ ਇਹ ਵੈਣ ਕਹਿ ਸੁਣਿਆ ਹੈ ਪਾਕਾਂ ਦੀ ਪਾਕ ਦਾ ਹੀ ਮੇਰੀ ਸੈਣ ਫਿਜ਼ਾ ਲੈਲਾ ਮਾ ਆਈ ਸੈਣ ਸੁਗਰਾ ਦੇ ਗੱਲ ਚ ਬਾਹੀ ਪਾਵਣ ਦੀ ਕੋਸ਼ਿਸ਼ ਕੀਤੀ ਸੀ ਇੱਕ ਰਾਜ ਇਹ ਸ਼ਾਇਦ ਮੇਰਾ ਜਿਗਰ ਫਟ ਰਹੇ ਅਗਰ ਮੈਂ ਬਿਆਨ ਨਾ ਕਰਾਂ ਤਰਾ ਵਾਰੀ ਉੱਠੀਏ ਗੱਲ ਚ ਬਾਹੀ ਪਾਵਣ ਦੀ ਕੋਸ਼ਿਸ਼ ਕੀਤੀ ਸੀ ਫਿਜ਼ਾ ਜਣ ਪਈ ਪਰ ਕੋਈ ਤਾਂ ਸਵਾਲ ਮਾਤਮੀ ਚ ਕਰੋ ਜਣੀ ਕਿਉਂ ਹੈ ਸ਼ਾਮ ਵਿੱਚੋਂ ਤਾਂ ਬਚ ਕੇ ਆ ਗਈ ਆਈ ਉਹ ਮੈਨੂੰ ਸੈਣ ਦੇ ਡੀਗੇ ਰੇਲੇ ਉਜੜਨ ਦੀ ਕਸਮ ਮੈਨੂੰ ਸੈਣ ਸਕੀਨਾ ਦੇ ਜ਼ਖਮੀ ਕੰਨਾਂ ਦੀ ਕਸਮ ਮੈਨੂੰ ਅਕਬਰ ਦੀ ਬਰਛੀ ਦੀ ਕਸਮ ਸੈਣ ਫਿਜ਼ਾ ਦੇ ਹੱਥ ਤਰੁੱਟੇ ਹੋਇਆ ਹੈ ਉਹ ਜਿਹੜੇ ਸ਼ਾਮ ਚਾਬਕ ਜਲੇਂਦੀ ਰਹੀ ਆਏ ਉਹ ਮਾਤਮੀ ਨਹੀਂ ਜਿਹੜਾ ਸੀਨੇ ਤੇ ਹੱਥ ਮਾਰ ਕੇ ਹਾਏ ਹੁਸੈਨ ਨਾਮ ਸਿੰਘ ਗੱਲ ਚ ਔਖੀਆਂ ਬਾਈ ਪਾਈਆਂ ਸਾਡੀ ਅਕਬਰ ਦੀ ਭੈਣ ਥੋੜਾ ਰਹੋ ਉਹ ਸ਼ਾਮ ਤੁਰ ਤੁਰ ਕੇ ਥੱਕਾ ਹੋਇਆ ਫਿਰਾ ਸੱਜਾਦ ਮਰ ਰਹੇ ਸੀ ਜੀ ਕਰਾਂ ਥੋੜਾ ਰੁਨੀ ਕਰ ਮਤਾ ਉਹ ਵੈਣ ਸੁਣ ਲਈ ਜਿਹੜਾ ਬਾਜ਼ਾਰਾਂ ਤੁਰ ਤੁਰ ਕੇ ਥੱਕਾ ਹੋਇਆ ਫਿਰਾ ਹੈ ਉਸ ਲਈ ਮਾਂ ਫਿਜ਼ਾ ਦੇ ਹੱਥ ਚੁੰਮ ਕੇ ਅਕਬਰ ਦੀ ਭੈਣ ਆਉਂਦੀ ਹੈ ਉਹ ਦਾਦੀ ਅੰਮਾ ਮੈਨੂੰ ਲੱਗਦਾ ਮੇਰੀ ਆਖਰੀ ਰਾਤ ਹੈ ਮੈਨੂੰ ਅਕਬਰ ਦੀਆਂ ਗੱਲਾਂ ਸੁਣਾ ਇੱਥੇ ਮੇਰੇ ਸਾਈ ਹਮਦਾਨੀ ਬਾਦਸ਼ਾਹ ਫਰਮਾਉਂਦੇ ਹਨ ਵੈਣ ਕਰਕੇ ਪੁੱਛਿਆ ਅਕਬਰ ਮੈਨੂੰ ਕਰਬਲਾ ਚੋਖਾ ਯਾਦ ਕੀਤਾ ਸੈਣ ਫਿਜ਼ਾ ਦੀ ਸਾਹ ਸਾਹ ਨਾਲ ਯਾਦ ਕਰੇਂਦਾ ਹੈ ਆਦੀਏ ਜਦੋਂ ਜੰਗ ਵਾਲੀ ਵਰਦੀ ਪਾਈ ਤੇਰੀਆਂ ਭੈਣਾਂ ਤੇਰੇ ਤੋਹਫੇ ਦਿੱਤੇ ਹਨ ਇੱਕ ਭੈਣ ਮੁੰਦਰੀ ਪਵਾਈ ਆਈ ਇੱਕ ਭੈਣ ਤੇਰੀ ਰੁਮਾਲ ਦਿੱਤਾ ਆਈ ਵਕਤ ਸਲਾਮ ਕਰਾਇਆ ਉਹਨੇ ਵਿਦਾ ਸੁਣਾਈ ਜੰਗ ਸੁਣਾਵਾਂ ਉਸ ਸੁਗਰਾ ਦੀ ਵਿਦਾ ਨਾ ਸੁਣਾ ਜਿਨ੍ਹਾਂ ਖੈਮੇ ਚ ਅਕਬਰ ਤੁਰ ਗਿਆ ਸੀ ਉਹ ਖਿਆਮ ਹੈਰਾਨ ਹੋਇਆ ਆਦੀ ਜੰਗ ਨਾ ਸੁਣਾ
सारा रंग ढंग दादे अली वाला याद कराया जिहड़े मातमी ते आजादार बैठे सैयद सुगरा दी जितनियां शाम दी कैद निभा के वालाइयां जिहड़े वेले मैनू अखरियां मिलदियां सुगरा दा मत्था चुम के आदियां सुगरा तेरे अकबर नू बरछी खा गई आदिए दादी मैनू अकबर दा औखा लाहना सुना जिहड़े मातमी बैठे उन्हां नाल गल आदिए सुगरा जिगर समाल तेरे अकबर दा घोड़ा भजदा वधाई मुनकस बिन मुराब दी इसते अल्लाह दी लानत होए इस अकबर नू सारे च पहला तोहफा दिता है ओ मतमाशर च कोई मातमी गिरबान पकड़ के आखो तोहफे पढ़दा रहा है आदिए भजदे घोड़े ते अकबर दे सारे च लोहे दा गुर्ज मारिया च अजो वसूल प्या करेंदा ही जे हसीन उखे बरछी मारी जिथो ज़ैनब चुमदी आई आदिए बरछी दा लगना अकबर दी तलवार सजो जड़ी अमामा खबियो जड़ पिया घोड़े दी गर्दन च हाथ पा के अकबर आता है मेरा बुढ़ा प्यो बलौने जेड़े मातमी ते आजादार बैठे अखबारा दा घोड़ा जल्दी भाज मेरा बुढ़ा प्यो है मेरे प्यो नू भजना न पवे उसले सुगरा जिगर ते हाथ रख के आदिए दादी अम्मा जल्दी दस अकबर जो सदिया मेरा प्यो गया या कोई ना आदिए अकबर दरवाजा तेरा प्यो सत्तर वारी चढ़िया है हर वारी जान के आता हाय अकबर एक बार सारा मजमा आखो हाय अकबर सुगरा दी अल्लाह दा नाई जल्दी दस मेरा बुढ़ा प्यो झड़दा क्यों आ आदिए पहले भजदा रहा वद भजन दी ताकत मुक गई तेरा प्यो बचिया तुरदा रहा तुरन दी ताकत मुक गई वद अरकत गोड़ियां दे बारा दा अकबर बुलेंदा रहा आदिए जदा सत्तर वारी झड़िया है वह तुरन दी ताकत मुक गई है हुसैन दवास्ता ने मैनू माफ कर दिया जरी दवास्ता ने कोई मातमी बानी आखे मैं पढ़ छोड़ा बसाए वत अकबर दे कातलां देर और इमाम मूसा काजिम दी जबानी मसाए प्या सुनाई ना जेड़ा शक करे उत जानवर है 14 साल दा कैदी इमाम बैलोल नु फरमाइंदे जदा टुरन दी ताकत मुक गई आई वत मेरा दादा हुसैन जिवे नमाजी तशहद च वत अकबर दे कातलां देर दोए हाथ खड़े कीते वत मेरा दादा हुसैन आदा साल बेका या अदा ना फी शबीए रसूल सकले आदा मार दलिया ने अल्लाह जाने अकबर नु लुकाया किथे मातम 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 जेड़े मात जी करा हुसैन आदा मार दलिया ने मेरा बचना लुकाया किथे ने इतने वास्ते क्यों दिते ने मैं वद सैन सकीना दा वास्ता देना मैं ना इजाजत दे हो जदा अकबर दे कातला तू तेरे हुसैन प्यो पुछया है मेरा अकबर किथे लुकाया ने वा अदाओ ना मैं इशारा करना है वा अदाओ ना फी शमून कल रुखसार का कोई अकबर दा कातिल सजो दसे ना है मैं तो चल खोली भी नहीं कोई अकबर दा कातिल तेरे बुढ़े प्यो नु खबियो दसे ना है ओ चले हुसैन सत्तर वारी झड़िया है वत अकबर दे रिड़ना शुरू कीता ने वत सुगरा जिगर ते हाथ रख के आदिया हाय ओ मेरा डाही लांडा सुगरा झड़िए सैन फिजा सुगरा दी नब्जा ते हाथ रखिया इन्ना लिल्ला सारे पढ़ो इन्ना लिल्लाहे व इन्ना इलाहे राजून सुगरा जनिये फिजा दवार खोल गए मातम करके आ दिए कोई अकबर नू इतला दे वादी भैन कजा कर गई है जी करा हौसला हौसला जेड़े मातमी बैठे हो
फिजत सद मार के आदी है भाजा बहन मर गई है इतने तई सुगरा दे कफन दे बंद खोल गए मैं क्यों गुसल कफन पड़ा आदी है सज्जाद अकबर नहीं आया बैठियो कई मादमी सुना ना ले अकबर दा नाम है अकबर आदा शरम तू नी मुहम्मदा ओ चले आदी है तैनू ना ही मिलना पर मिल दिया एक मिनट हम शीर तलाज ओ जेड़ा जख्म लगई वो मातम ਬਾਵੇ ਜ਼ਹੀਰ ਸ਼ਾਹ ਔਰ ਮੁਸੇ ਤੋਂ ਤੰਦਰੁਸਤੀ ਅਤਾ ਫਰਮਾਵੇ ਬਾਨੀਆਂ ਦੀ ਤੋਫੀਕਾ ਦੇ